300 फुट डूंगी खड्ड च डिगी कैब। हुण तक 10 लोकां दियां कड्डियां लाशां। बचाव कारजां च जुटियां रेस्क्यू टीमां। तस्वीरां इक दर्दनाक सड़की हादसे दियां ने जिथे सवारियां दे नाल भरी इक कैब 300 फुट डूंगी खड्ड च जा डिगी है ते हुण तक 10 लोकां दियां लाशां बाहर कढ लईआं गईआं ने। रेस्क्यू टीमां बचाव कारजां दे विच लगियां होईआं ने ते अजे होर मौतां होण दा खदशा भी जाहर कीता जा रहा है। दस दईए कि मौके ते SDRF ਅਤੇ ਸਿਵਲ QRT ਟੀਮਾਂ ਮੌਜੂਦ ਨੇ ਜੋ ਰਾਹਤ ਕਾਰਜ ਵਿੱਚ ਲੱਗੀਆਂ ਹੋਈਆਂ ਨੇ, ਡਟੀਆਂ ਹੋਈਆਂ ਨੇ। ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਜੇ ਤੱਕ 10 ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਕੈਬ ਜੰਮੂ ਤੋਂ ਸ਼੍ਰੀਨਗਰ ਵੱਲ ਜਾ ਰਹੀ ਸੀ। ਰਾਹ ਦੇ ਵਿੱਚ ਰਾਮਬਨ ਇਲਾਕੇ 'ਚ ਬੈਟਰੀ ਚਸ਼ਮਾ ਦੇ ਨੇੜੇ ਹੀ 300 ਫੁੱਟ ਡੂੰਗੀ ਖਾਈ ਦੇ ਵਿੱਚ ਇੱਕ ਕੈਬ ਜਾ ਡਿੱਗੀ ਹੈ। ਇਸ ਇਲਾਕੇ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਅਤੇ ਹਨੇਰਾ ਹੋਣ ਦੇ ਕਾਰਨ ਇੱਥੇ ਵੱਡਾ ਹਾਦਸਾ ਵਾਪਰਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਉਧਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਵਿੱਚ ਚੀਖ ਚਿਹਾੜਾ ਮੱਚ ਗਿਆ ਹੈ। ਉਹ ਵੀ ਸਦਮੇ 'ਚ ਨੇ ਕਿਉਂਕਿ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਨੇ ਤੇ ਅਜੇ ਵੀ ਬਚਾਅ ਕਾਰਜ ਜਾਰੀ ਨੇ। 300 ਫੁੱਟ ਡੂੰਗੀ ਖੱਡ 'ਚ ਡਿੱਗੀ ਕੈਬ। ਹੁਣ ਤੱਕ 10 ਲੋਕਾਂ ਦੀਆਂ ਕੱਢੀਆਂ ਲਾਸ਼ਾਂ। ਬਚਾਅ ਕਾਰਜਾਂ 'ਚ ਜੁਟੀਆਂ ਰੈਸਕਿਊ ਟੀਮਾਂ। ਤਸਵੀਰਾਂ ਇੱਕ ਦਰਦਨਾਕ ਸੜਕੀ ਹਾਦਸੇ ਦੀਆਂ ਨੇ ਜਿੱਥੇ ਸਵਾਰੀਆਂ ਦੇ ਨਾਲ ਭਰੀ ਇੱਕ ਕੈਬ 300 ਫੁੱਟ ਡੂੰਗੀ ਖੱਡ 'ਚ ਜਾ ਡਿੱਗੀ ਹੈ ਤੇ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਨੇ। ਰੈਸਕਿਊ ਟੀਮਾਂ ਬਚਾਅ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਅਜੇ ਹੋਰ ਮੌਤਾਂ ਹੋਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮੌਕੇ ਤੇ SDRF ਅਤੇ ਸਿਵਲ QRT ਟੀਮਾਂ ਮੌਜੂਦ ਨੇ ਜੋ ਰਾਹਤ ਕਾਰਜ ਵਿੱਚ ਲੱਗੀਆਂ ਹੋਈਆਂ ਨੇ, ਡਟੀਆਂ ਹੋਈਆਂ ਨੇ। ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਜੇ ਤੱਕ 10 ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਕੈਬ ਜੰਮੂ ਤੋਂ ਸ਼੍ਰੀਨਗਰ ਵੱਲ ਜਾ ਰਹੀ ਸੀ। ਰਾਹ ਦੇ ਵਿੱਚ ਰਾਮਬਨ ਇਲਾਕੇ 'ਚ ਬੈਟਰੀ ਚਸ਼ਮਾ ਦੇ ਨੇੜੇ ਹੀ 300 ਫੁੱਟ ਡੂੰਗੀ ਖਾਈ ਦੇ ਵਿੱਚ ਇੱਕ ਕੈਬ ਜਾ ਡਿੱਗੀ ਹੈ। ਇਸ ਇਲਾਕੇ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਅਤੇ ਹਨੇਰਾ ਹੋਣ ਦੇ ਕਾਰਨ ਇੱਥੇ ਵੱਡਾ ਹਾਦਸਾ ਵਾਪਰਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਉਧਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਵਿੱਚ ਚੀਖ ਚਿਹਾੜਾ ਮੱਚ ਗਿਆ ਹੈ। ਉਹ ਵੀ ਸਦਮੇ 'ਚ ਨੇ ਕਿਉਂਕਿ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਨੇ ਤੇ ਅਜੇ ਵੀ ਬਚਾਅ ਕਾਰਜ ਜਾਰੀ ਨੇ।